ਮੈਂ ਸਮਝਦਾ ਟਿੱਪਣੀ ਦਾ ਕੋਈ ਬੇਬੁਨਿਆਦ ਹੈ ਕਿਉਂਕਿ ਉਹਨੂੰ ਆਪਣੇ ਜਿਹੜੇ ਉਹਨਾਂ ਦੇ ਲੀਡਰ ਨੇ ਸੋਨੀਆ ਗਾਂਧੀ ਜੀ ਉਹਦੇ ਪਰਿਵਾਰ ਨੇ ਪਿਛਲੇ ਦਿਨ ਕਿਹਾ ਸੀ ਕਿ ਰਾਜੀਵ ਗਾਂਧੀ ਦੇ ਕਾਤਲ ਨੂੰ ਮਾਫ਼ ਕੀਤਾ ਜਾਵੇ ਜੇ ਪਹਿਲਾਂ ਉਹਨਾਂ ਨੂੰ ਜਾ ਕੇ ਪੁੱਛ ਲੈਣ ਅਤੇ ਉਹਨਾਂ ਤੋਂ ਸੇਧ ਲੈਣ। ਭਾਈ ਬਲਵੰਤ ਸਿੰਘ ਰਾਜੂ ਨੂੰ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਮੇਟੀ ਦੇ ਪ੍ਰਧਾਨ ਅੱਜ ਉਹਨੂੰ ਮਿਲ ਕੇ ਆਏ, ਗੱਲਬਾਤ ਕਰਦੇ ਹੋਏ ਕੀ ਫੈਸਲਾ ਹੋਇਆ? ਸੋ ਅੱਜ ਭਾਈ ਬਲਵੰਤ ਸਿੰਘ ਰਾਜੂਆਲ ਨੂੰ ਅਸੀਂ ਜੇਲ੍ਹ ਦੇ ਵਿੱਚ ਜਾ ਕੇ ਮਿਲ ਕੇ ਆਇਆ। ਮੇਰੇ ਨਾਲ ਚੰਦੂ ਮਾਜਰਾ ਜੀ ਸੀ, ਗੜੀ ਸਾਹਿਬ ਕਰਤਾਰ ਸਿੰਘ ਜੀ, ਲਛੜੂ ਸਾਹਿਬ ਸਾਰੇ ਅਸੀਂ ਗਏ ਸੀ ਔਰ ਉਹਨਾਂ ਨੂੰ ਜਾ ਕੇ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਸਾਰੇ ਮਿਲੇ ਸੀ, ਸਾਡੇ ਸ਼੍ਰੋਮਣੀ ਅਕਾਲੀ ਦਲ ਦੇ MP ਸਾਹਿਬਾਨ ਸਾਰੇ ਨਾਲ ਸੀ, ਉਹ ਸਾਰੀ ਗੱਲਬਾਤ ਤੋਂ ਉਹਨਾਂ ਨੂੰ ਜਾਣੂ ਕਰਾਇਆ ਕਿਉਂਕਿ ਅਪੀਲ 2012 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ ਕੀਤੀ ਗਈ ਸੀ ਕਿ ਭਾਈ ਰਾਜੋਆਣੇ ਦੀ ਜਿਹੜੀ ਹੈ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਬਦਲ ਦਿੱਤੀ ਜਾਵੇ। ਉਹ ਅਪੀਲ ਦਾ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ, ਰਾਸ਼ਟਰਪਤੀ ਨੇ ਉਹ ਜਿਹੜੀ ਅਪੀਲ ਹੈ ਉਹ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਸੀ। ਸੋ ਅਸੀਂ ਰਾਜਨਾਥ ਸਿੰਘ ਨੂੰ ਕਿਹਾ ਸੀ ਕਿ ਇਹਦੀ ਜਿਹੜੀ ਹੈ ਨਿਪਟਾਰਾ ਜਲਦੀ ਜਲਦੀ ਕੀਤਾ ਜਾਵੇ। ਸੋ ਇਹ ਗੱਲ ਸਾਰੀ ਅਸੀਂ ਰਾਜੂਆਂ ਨੂੰ ਦੱਸੀ ਆ, ਉਹ ਇਸ ਗੱਲ 'ਤੇ ਸਾਰੇ ਸੰਤੁਸ਼ਟ ਸਨ ਜੋ ਅਸੀਂ ਪੈਰਵੀ ਕਰ ਰਹੇ ਹਾਂ। ਅਤੇ ਹੁਣ ਜੇ ਆਪਾਂ ਗੱਲ ਕਰੀਏ ਭੁੱਖ ਹੜਤਾਲ ਦੀ, ਹੁਣ ਕਦ ਤੱਕ ਖਤਮ ਹੋ ਜੂ? ਸਗੋਂ ਭਾਈ ਰਾਜੂਆਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਸ਼ਾਮ ਤੱਕ ਉਹਨਾਂ ਦੀ ਭੈਣ ਜਿਹੜੀ ਬੀਬੀ ਕਮਲਜੀਤ ਕੌਰ ਹੈ ਉਹਨੇ ਪਹੁੰਚ ਜਾਣਾ, ਉਹਨਾਂ ਤੋਂ ਆਉਣ ਤੋਂ ਬਾਅਦ ਮੈਂ ਸ਼ਾਮ ਤੱਕ ਜਿਹੜੀ ਹੈ ਇਹ ਆਪਣੀ ਭੁੱਖ ਹੜਤਾਲ ਖਤਮ ਕਰ ਦਿਆਂਗਾ। ਜਿਸ ਤਰ੍ਹਾਂ ਦੀ ਭੈਣ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਸਿਹਤ ਹੈ, ਵਜ਼ਨ ਵੀ ਘੱਟ ਰਿਹਾ, ਵੀ ਸਿਹਤ ਵੀ ਖਰਾਬ ਹੋ ਰਹੀ ਹੈ, ਕਿ ਤੁਸੀਂ ਉਹਨਾਂ ਦਾ ਡਾਕਟਰੀ ਚੈੱਕ ਵਗੈਰਾ ਕੁਝ ਆਪਣੇ ਵੱਲੋਂ ਕਰਵਾਓਗੇ ਕੁਛ? ਉਹ ਤਾਂ ਸਾਰੀ ਸਰਕਾਰ ਦਾ ਕੰਮ ਹੁੰਦਾ, ਸਰਕਾਰ ਵੀ ਸਾਰਾ ਕੁਝ ਦੇਖੇਗੀ, ਉਹਨੇ ਕਰਵਾਉਣੀ ਚਾਹੀਦੀ। ਪ੍ਰਧਾਨ ਜੀ, ਆਪਾਂ ਕਦੀ ਜ਼ਿਆਦਾਤਰ ਦੇਖਿਆ ਸੋਸ਼ਲ ਮੀਡੀਆ 'ਤੇ ਬੜੀ ਵੀਡੀਓ ਆ ਰਹੇ ਨੇ, ਕਦੀ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਕਦੀ ਇਹੋ ਜਿਹਾ ਕੋਈ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੁੰਦੀ ਹੈ, ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿੱਦਾਂ ਦੇ ਕਦਮ ਚੁੱਕੇ ਜਾ ਰਹੇ ਨੇ? ਅਸੀਂ ਦੇਖੋ ਜਿੱਥੇ ਵੀ ਸਾਨੂੰ ਕੋਈ ਐਸੀ ਘਟਨਾ ਸਾਡੇ ਸਾਹਮਣੇ ਆਉਂਦੀ ਹੈ, ਸਾਡਾ ਸਾਰੇ ਜਿੰਨੇ ਧਰਮ ਪ੍ਰਚਾਰ ਦੇ ਸਾਡੇ ਮੈਂਬਰ ਸਾਹਿਬਾਨ ਵੀ ਪਹੁੰਚਦੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਹਰੇਕ ਥਾਂ 'ਤੇ ਜਾ ਕੇ ਔਰ ਉੱਥੇ ਪਹੁੰਚਦੇ ਨੇ, ਜੋ ਵੀ ਬਣਦੀ ਕਾਰਵਾਈ ਹੈ ਉਹ ਕਰਦੇ ਨੇ। ਸੋ ਸਰਕਾਰ ਨੂੰ ਵੀ ਮੈਂ ਸਮਝਣਾ ਚਾਹੀਦਾ ਹੈ ਕਿ ਜਿੱਥੇ ਵੀ ਕੋਈ ਐਸੀਆਂ ਘਟਨਾਵਾਂ ਮੰਦਭਾਗੀ ਘਟਨਾਵਾਂ ਵਾਪਰਦੀਆਂ ਨੇ ਜਾਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ, ਉਹਨਾਂ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਔਰ ਜਿਹੜੇ ਵੀ ਦੋਸ਼ੀ ਨੇ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਆਪਾਂ ਗੱਲ ਕਰ ਰਣਨੀਤੀ ਬਿੱਟੂ ਵੱਲ ਟਿੱਪਣੀ ਕੀਤੀ ਜਾ ਰਹੀ ਤੁਹਾਡੇ ਸੰਬੰਧ 'ਚ, ਕੀ ਕਹਿਣਾ ਚਾਹੁੰਦੇ ਰਣਨੀਤੀ ਬਿੱਟੂ ਜੀ? ਉਹਦੀ ਮੈਂ ਸਮਝਦਾ ਟਿੱਪਣੀ ਦਾ ਕੋਈ ਬੇਬੁਨਿਆਦ ਹੈ ਕਿਉਂਕਿ ਉਹਨੂੰ ਆਪਣੇ ਜਿਹੜੇ ਉਹਨਾਂ ਦੇ ਲੀਡਰ ਨੇ ਸੋਨੀਆ ਗਾਂਧੀ ਜੀ ਉਹਨਾਂ ਦੇ ਪਰਿਵਾਰ ਨੇ ਪਿਛਲੇ ਦਿਨ ਕਿਹਾ ਸੀ ਕਿ ਰਾਜੀਵ ਗਾਂਧੀ ਦੇ ਕਾਤਲ ਨੂੰ ਮਾਫ਼ ਕੀਤਾ ਜਾਵੇ, ਜੇ ਪਹਿਲਾਂ ਉਹਨਾਂ ਨੂੰ ਜਾ ਕੇ ਪੁੱਛ ਲੈਣ ਅਤੇ ਉਹਨਾਂ ਤੋਂ ਸੇਧ ਲੈਣ। ਦੇਖੋ, ਸਾਡੇ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੇ ਜੋ ਵਫਦ ਮਾਨਯੋਗ ਗ੍ਰਹਿ ਮੰਤਰੀ ਭਾਰਤ ਸਰਕਾਰ ਨੂੰ ਮਿਲ ਕੇ ਆਇਆ ਸੀ, ਉਹਦੀ ਜਾਣਕਾਰੀ ਉਹਨਾਂ ਨੂੰ ਦਿੱਤੀ ਆ ਅਤੇ ਬੇਨਤੀ ਕੀਤੀ ਆ ਵੀ ਤੁਸੀਂ ਭੁੱਖ ਹੜਤਾਲ ਜਿਹੜੀ ਹੈਗੀ ਆਪਣੀ ਸਮਾਪਤ ਕਰੋ ਅਤੇ ਵਿਸ਼ਵਾਸ ਦਾ ਵੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਇਸ ਕੇਸ ਦੀ ਪੈਰਵਾਈ ਹੈ ਜਿਹੜੀ ਪੂਰੀ ਉਹਦੇ ਨਾਲ ਕਰੂਗੀ। ਕਿਸ ਤਰ੍ਹਾਂ ਦੀ ਭੈਣ ਨਾਲ ਗੱਲਬਾਤ ਹੋਈ ਹੈ ਵੀ ਭੁੱਖ ਹੜਤਾਲ ਖਤਮ ਕਰਨ ਤੇ ਉਹ ਆਊਗੀ? ਅੱਜ ਭਾਈ ਸਾਹਿਬ ਨੇ ਵਿਸ਼ਵਾਸ ਦਵਾਇਆ, ਭਾਈ ਰਾਜੂਵਾਲਾ ਜੀ ਨੇ ਵੀ ਸ਼ਾਮ ਨੂੰ ਉਹਨਾਂ ਦੇ ਸਿਸਟਰ ਆਉਣਗੇ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਸ਼ਾਮ ਨੂੰ ਭੁੱਖ ਹੜਤਾਲ ਹੈ ਜਿਹੜੀ ਆਪਣੀ ਸਮਾਪਤ ਕਰ ਦੇਣਗੇ। ਜਿਸ ਤਰ੍ਹਾਂ ਇਹਨਾਂ ਦੱਸਿਆ, ਪ੍ਰਧਾਨ ਸਾਹਿਬ ਵੀ ਦੱਸਿਆ ਜਿਹੜੀ ਉਹਨਾਂ ਦੀ ਭੁੱਖ ਹੜਤਾਲ ਹੈ ਸ਼ਾਮ ਤੱਕ ਜਿਹੜੀ ਹੈ ਖਤਮ ਹੋ ਜਾਵੇਗੀ, ਹੁਣ ਤਾਂ ਹੁਣ ਆਉਣਾ ਸਮਾਂ ਦੱਸੇਗਾ ਜਿਹਦੀ ਭੈਣ ਤੋਂ ਆਉਣ ਤੋਂ ਬਾਅਦ ਜਿਹੜੀ ਭੁੱਖ ਹੜਤਾਲ ਖਤਮ ਹੁੰਦੀ ਹੈ ਜਾਂ ਨਹੀਂ। ਕੈਮਰਾ ਪਰਸਨ ਕਮਲ ਦੁਆ ਦੇ ਨਾਲ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV।